ਪੰਜਾਬ ਹਰਿਆਣਾ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਪਿਛਲੇ ਕੁਝ ਦਿਨਾਂ ਵਿੱਚ ਤਿੰਨ ਸਰਹੱਦੀ ਜ਼ਿਲ੍ਹੇ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲੇ ਤੋਂ ਲਗਾਤਾਰ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਸਨ, ਜਿੱਥੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਪੀੜਤਾਂ ਪਰਿਵਾਰਾਂ ਨੂੰ ਮਿਲਣ ਤਰਨਤਾਰਨ ਪਹੁੰਚੇ ਹਨ। ਦੱਸਿਆ ਜਾਂਦਾ ਹੈ ਕਿ ਇਸ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਿੱਥੇ 121 ਮੌਤਾਂ ਹੋਈਆਂ ਹਨ, ਉੱਥੇ ਹੀ ਕਈਆਂ ਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਹੈ। ਇਸ ਦੁੱਖ ਦੀ ਘੜੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੀੜਿਤ ਪਰਿਵਾਰਾਂ ਨੂੰ ਮਿਲ ਕੇ ਵਿਸ਼ਵਾਸ ਦਿਵਾਇਆ ਕਿ ਅਜਿਹਾ ਜਿਸਨੇ ਵੀ ਕੀਤਾ ਹੈ ਉਸਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇਗੀ। ਕੈਪਟਨ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਮੌਤ ਹੋਈ ਹੈ ਜਾਂ ਜਿਨ੍ਹਾਂ ਨੇ ਮਦਦ ਲਈ ਗੁਹਾਰ ਲਗਾਈ ਹੈ, ਉਹਨਾਂ ਦੀ ਪੜ੍ਹਾਈ, ਸਿੱਖਿਆ ਅਤੇ ਨੌਕਰੀ ਵੱਲੋਂ ਵੀ ਉਹਨਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਪੀੜਤਾਂ ਦੀ ਅੱਖਾਂ ਦੀ ਰੋਸ਼ਨੀ ਗਈ ਹੈ ਉਹਨਾਂ ਪਰਿਵਾਰਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ ਅਤੇ ਜਿਨ੍ਹਾਂ ਦੇ ਘਰ ਕੱਚੇ ਹਨ ਉਹਨਾਂ ਦੇ ਘਰ ਪੱਕੇ ਬਣਾਏ ਜਾਣਗੇ। ਹੋਰ ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ। ਔਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਰਟਾਂ ਦੇ ਵਿੱਚ ਸਪੈਸ਼ਲ ਪ੍ਰੋਸੀਕਿਊਟਰ ਲਗਾ ਕੇ ਇਹਦੀ ਬਿਲਕੁਲ ਪੈਰਵਾਈ ਕਰਾਂਗੇ ਤਾਂ ਕਿ ਸਖ਼ਤ ਤੋਂ ਸਖ਼ਤ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ। ਇਹ ਲੋਕ ਜਿਹੜੇ ਇਹੋ ਜਿਹੀ ਗੱਲਾਂ ਕਰਦੇ ਨੇ ਇਹਨਾਂ ਨੂੰ ਜੇਲ੍ਹ 'ਚ ਰੱਖਣਾ ਚੰਗੀ ਗੱਲ ਹੈ ਆਪਣੇ ਸਮਾਜ ਦੇ ਵਿੱਚ। ਔਰ ਮੈਂ ਇਹ ਲੜਾਈ ਲੜੂੰਗਾ ਜਦ ਤਾਈਂ ਇਹ ਜੇਲ੍ਹ ਦੇ ਵਿੱਚ ਨਹੀਂ ਜਾਂਦੇ। ਕਿਆ ਤੁਸੀਂ ਦੇਖਿਆ ਇਹਨਾਂ ਨੂੰ, ਸਾਰੇ ਗਰੀਬ ਇੱਥੇ ਬੈਠੇ ਨੇ, ਇੱਧਰ ਬੈਠੇ ਨੇ, ਕੀ ਇਹਨਾਂ ਦਾ ਕੋਈ ਭਵਿੱਖ ਰਹੂਗਾ? ਜਿਹੜਾ ਇਹਨਾਂ ਦਾ ਕਮਾਉਣ ਵਾਲਾ ਜੀ ਸੀ ਉਹ ਤਾਂ ਤੁਸੀਂ ਖਤਮ ਕਰ ਦਿੱਤਾ ਇਸ ਚੀਜ਼ ਨਾਲ, ਬਿਮਾਰੀ ਨਾਲ। ਬੜੀ ਅਫਸੋਸ ਦੀ ਗੱਲ ਆਉਂਦੀ ਹੈ ਮੈਨੂੰ ਜਦੋਂ ਲੋਕ ਸਮਾਜ ਦੀ ਗੱਲਾਂ 'ਚ ਇਹ ਵੀ ਗੱਲਾਂ ਕਰਨ ਲੱਗ ਜਾਣ ਔਰ ਭੁੱਲ ਜਾਣ ਕਿ ਉੱਪਰ ਇੱਕ ਰੱਬ ਵੀ ਹੈ, ਕਿਸੇ ਦਾ ਕਿਸੇ ਦਾ ਸਾਨੂੰ ਜਵਾਬ ਦੇਣਾ ਪਊ, ਔਰ ਫਿਰ ਤੁਸੀਂ ਇਹ ਗਰੀਬਾਂ ਦਾ ਇਹ ਹਾਲ ਬਣਾ ਦਿੱਤਾ। ਔਰ ਮੈਂ ਤੁਹਾਨੂੰ ਪੱਕਾ ਦੱਸਦਾ ਇਨਵੈਸਟੀਗੇਸ਼ਨ ਉਹ ਚੱਲੇਗੀ ਔਰ ਇਨਵੈਸਟੀਗੇਸ਼ਨ ਪਤਾ ਲੱਗੂ ਕਿ ਕੌਣ ਕੌਣ ਇਹਦੇ 'ਚ ਔਰ ਉਹਨੇ ਕਿੰਨੀ ਕਿੰਨਾ ਕੀਤਾ ਹੈ। ਲੇਕਿਨ ਅਸੀਂ ਅਖੀਰ ਤੱਕ ਇਸ ਦੀ ਪੈਰਵਾਈ ਕਰਕੇ ਉਹਨਾਂ ਨੂੰ ਸਜ਼ਾ ਦਵਾਵਾਂਗੇ ਜਿੰਨੀ ਸਖ਼ਤ ਤੋਂ ਸਖ਼ਤ ਕਾਨੂੰਨ ਦੱਸਦਾ। ਜਿੱਥੇ ਤਾਈਂ ਤੁਹਾਨੂੰ ਪਤਾ ਪੰਜਾਬ 'ਚ ਕਿੰਨੇ ਹੋ ਗਏ ਨੇ ਸਾਡੀਆਂ ਮੌਤਾਂ, 121 ਪਹੁੰਚ ਗਿਆ। ਕੁਛ ਲੋਕ ਅੱਜ ਵੀ ਬਿਮਾਰ ਨੇ ਹਸਪਤਾਲਾਂ 'ਚ, ਪਤਾ ਨਹੀਂ ਉਹ ਬਚਣਗੇ ਜਾਂ ਨਹੀਂ ਬਚਣਗੇ। 92 ਤਾਂ ਇੱਥੋਂ ਤੁਹਾਡੇ ਤਰਨ ਤਾਰਨ ਤੋਂ ਨੇ, ਬਾਕੀ 15 ਅੰਮ੍ਰਿਤਸਰ ਅਤੇ 14 ਗੁਰਦਾਸਪੁਰ ਤੋਂ, 50 ਇੱਥੇ। ਬੜੀ ਦੁੱਖ ਭਰੀ ਗੱਲ ਹੈ। ਔਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਸਾਰੇ, ਮੈਂ ਤਾਂ ਅੱਜ ਦੇਖ ਕੇ ਕਿ ਕਿੰਨੇ ਗਰੀਬ ਇੱਥੇ ਲੋਕ ਨੇ, ਮੈਂ ਕੁਛ ਗੱਲਾਂ ਕਹਿਣਾ ਚਾਹੁੰਦਾ। ਪਹਿਲੀ ਗੱਲ ਤਾਂ ਇਹ ਕਿ ਸਰਕਾਰ ਨੇ 2 ਲੱਖ ਰੁਪਈਆ ਇਹਨਾਂ ਨੂੰ ਆਰਾਮ ਕੀਤਾ ਸੀ, ਉਹਨਾਂ 5 ਲੱਖ ਕਰ ਦਿੱਤਾ। ਦੂਸਰਾ, ਕਈਆਂ ਨੇ ਮੰਗ ਕੀਤੀ ਹੈ ਨੌਕਰੀਆਂ ਦੀ, ਡੀਸੀ ਸਾਹਿਬ ਨੇ ਪੜਾਉਣਗੇ ਸਾਹਿਬ, ਔਰ ਇਹ ਬਣਾ ਕੇ ਇਹ ਮੈਨੂੰ ਕਟਾਉਣਗੇ ਕਿ ਕਿੱਥੇ ਕਿੱਥੇ ਨੇ, ਅਸੀਂ ਜੋ ਉਹਨਾਂ ਦੀ ਮਦਦ ਕਰ ਸਕਦੇ ਤਾਂ ਕਿ ਉਹਨਾਂ ਨੌਕਰੀ ਦਵਾ ਸਕਦੇ, ਉਮਰ ਦੀ ਲਿਹਾਜ਼ ਨਾਲ ਔਰ ਉਹਨਾਂ ਦੀ ਐਜੂਕੇਸ਼ਨ ਦੀ ਲਿਹਾਜ਼ ਨਾਲ ਅਸੀਂ ਜ਼ਰੂਰ ਨੌਕਰੀ ਉਹਨਾਂ ਦਾ ਕਰਾਂਗੇ। ਦੂਸਰਾ, ਪੈਨਸ਼ਨ ਸਕੀਮ 'ਚ 82 ਤਾਂ ਪਰਿਵਾਰਾਂ ਨੂੰ ਪੈਨਸ਼ਨ ਮਿਲਦੀ ਹੈ, 10 ਕੇਸ ਨਹੀਂ ਬਣੇ ਸੀ ਉਹ ਹੁਣ ਅਸੀਂ ਅੰਡਰ ਪ੍ਰੋਸੈਸ ਹੈ, 1-2 ਦਿਨ 'ਚ ਅਸੀਂ ਅਲਾਟ ਕਰ ਦਿੰਦੇ ਉਹਨਾਂ ਨੂੰ ਪੈਨਸ਼ਨ ਵੀ ਅਸੀਂ ਦੇ ਰਹੇ। ਸਰਬੱਤ ਸਿਹਤ ਬੀਮਾ ਯੋਜਨਾ 60 ਪਰਿਵਾਰ ਇਹਦੇ 'ਚ ਇਹਨਾਂ ਵਿੱਚੋਂ ਕਵਰਡ ਸੀ, ਉਹਦੇ ਵਿੱਚੋਂ ਜਿਹੜੇ ਬਾਕੀ ਰਹਿ ਗਏ ਨੇ ਉਹ ਅਸੀਂ ਹੁਣ ਇਕਦਮ ਉਹਨਾਂ ਦਾ ਜਿਹੜਾ ਸਿਹਤ ਦਾ ਬੀਮਾ ਹੈ ਉਹ ਲਗਵਾ ਰਹੇ ਹਾਂ। ਸਮਾਰਟ ਕਾਰਡ ਰੈਸ਼ਨ 42 ਪਰਿਵਾਰ ਇਸ ਕਵਰਡ ਨੇ ਔਰ ਬਾਕੀ ਜਿਹੜੇ ਨੇ ਉਹਨਾਂ ਨੂੰ ਹੁਣ ਉਹਦੇ ਵਿੱਚ ਦਿੱਤਾ ਜਾ ਰਿਹਾ। ਅੱਜ ਮੰਗ ਹੋਈ ਸੀ ਮੇਰੀ ਇੱਥੋਂ, ਇਹ ਸਾਡੇ ਕੱਚੇ ਘਰ ਨੇ, 10 ਕੇਸ ਤਾਂ ਪਹਿਲਾਂ ਹੀ ਅਪਰੂਵ ਹੋ ਗਏ ਨੇ ਪੰਜਾਬ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚੋਂ, ਜਿਹੜੇ ਬਾਕੀ ਰਹਿ ਗਏ ਉਹ ਮੈਂ ਕਰਕੇ ਦਿਓ ਔਰ ਅਸੀਂ ਸਾਰਿਆਂ ਨੇ ਇਹਨਾਂ ਦੇ ਘਰ ਅਸੀਂ ਪੱਕੇ ਕਰਵਾਵਾਂਗੇ। 3 ਹੈਂਡੀਕੈਪ ਨੇ ਉਹਨਾਂ ਨੂੰ ਟ੍ਰਾਈਸੀਕਲ, ਮਨਰੇਗਾ ਜੋਬ ਜਿਹੜੇ ਕਾਰਡ ਨੇ 43 ਪਰਿਵਾਰਾਂ ਨੂੰ ਇਹ ਕਾਰਡ ਦਿੱਤੇ ਜਾ ਰਹੇ ਨੇ ਜਾਂ ਦਿੱਤੇ ਗਏ ਨੇ ਔਰ ਘਰ ਘਰ ਰੋਜ਼ਗਾਰ ਹਰ ਪਰਿਵਾਰ 'ਚੋਂ ਅਸੀਂ ਜਿਹੜੇ ਜਿਨ੍ਹਾਂ ਦੀ ਉਮਰ ਪੂਰੀ ਹੈ ਉਹਨਾਂ ਨੂੰ ਅਸੀਂ ਨੌਕਰੀਆਂ ਦਿਓ। ਸੋ ਇਹ ਤਾਂ
ਜੋ ਅਸੀਂ ਕਰ ਸਕਦੇ ਹਾਂ ਕਰੇ। ਮੈਂ ਇਹਨਾਂ ਨੂੰ ਇਹ ਵੀ ਕਿਹਾ ਅਗਰ ਕੋਈ ਹੋਰ ਗੱਲ ਰਹਿ ਗਈ ਤੁਸੀਂ ਇੱਕ ਤੈਨੂੰ ਪਤਾ ਲੱਗਿਆ ਕਿ ਕੁਛ ਜਾਣਾ ਤਾਂ ਬਚ ਗਿਆ ਲੇਕਿਨ ਨਿਗਾਹ ਚਲੀ ਗਈ ਉਹਨਾਂ ਵਿੱਚੋਂ, ਉਹਨਾਂ ਵਾਸਤੇ ਵੀ ਇਹੀ 5 ਲੱਖ ਰੁਪਈਆ ਮੈਂ ਐਲਾਨ ਕਰਦਾ ਤਾਂ ਕਿ ਉਹਨਾਂ ਨੂੰ ਵੀ ਦਿੱਤਾ ਜਾਵੇ। ਉਹ ਜਿਹੜੇ ਗਏ ਉਹ ਤਾਂ ਗਏ ਪਰ ਇਹ ਕੀ ਕੰਮ ਕਰਨਗੇ ਅੱਗੇ ਦਾ, ਤਾਂ ਕਿਤੇ ਰਾਜ ਦੇਣ ਆਪਣਾ ਤਾਂ ਕਿ ਉਹਦਾ ਇੰਟਰਸਟ ਵਗੈਰਾ ਉਠਾ ਲੈ ਸਕੇ। ਅਤੇ ਹੋਰ ਕੋਈ ਗੱਲ ਇਲੀਗਲ ਤਾਂ ਕਿ ਉੱਥੇ ਕੋਰਟ ਦੇ ਵਿੱਚ ਅਸੀਂ ਜਾ ਸਕੀਏ। ਇਹਨਾਂ ਦੇ ਜਿਹੜਾ 5-5 ਲੱਖ ਆ ਜਾਏਗਾ ਕੋਈ ਹੋਰ ਗੱਲ ਹੋਏਗੀ ਇਹਨਾਂ ਪਰਿਵਾਰਾਂ ਵਾਸਤੇ ਇੱਥੇ ਨਜ਼ਰ ਆ ਵਿੱਚ ਜਾਂ ਕਿਤੇ ਵੀ ਹੋਰ ਵੀ ਇਹ ਨਹੀਂ ਕਿਸੇ ਨੇ ਕੋਈ ਗੜਬੜ ਕੀਤੀ ਹੋਵੇ, ਅਸੀਂ ਖੜ੍ਹੇ ਹਾਂ। ਇੱਕ ਤਾਂ ਕਾਨੂੰਨੀ ਵਸਤਾ ਹੈ, ਦੂਜਾ ਉਹਨਾਂ ਦਾ ਜਿਹੜਾ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਜਿਸ ਤਰੀਕੇ ਨਾਲ ਵੀ ਹੋਵੇ ਅਸੀਂ ਪੂਰਾ ਇਹਦੇ ਵਾਸਤੇ ਤਿਆਰ ਹੈ ਔਰ ਪੰਜਾਬ ਸਰਕਾਰ ਇਹ ਕਰੇਗੀ। ਅਤੇ ਹੋਰ ਵਾਹਿਗੁਰੂ ਬਸ ਇੰਨਾ ਹੀ ਅਸੀਂ ਅਰਦਾਸ ਕਰ ਦਿੰਦੇ ਹਾਂ ਇਹੋ ਜਿਹਾ ਵਾਕਿਆ ਫਿਰ ਕਰਨਾ ਹੋਵੇ ਸਾਡੇ ਪੰਜਾਬ ਦੇ ਬਹੁਤ ਨੁਕਸਾਨ ਪੰਜਾਬ ਦੇ ਵਿੱਚ ਹੋ ਗਿਆ ਕਦੇ ਕਰੋਨਾ ਦੀ ਬਿਮਾਰੀ ਦੇ ਵਿੱਚ। ਅੱਜ ਪਹਿਲੀ ਵਾਰ ਅਸੀਂ 1000 ਕੇਸ ਟੱਪ ਗਏ ਔਰ ਹਾਲੇ ਪੀਕ ਆਉਣੀ ਹੈ, ਸ਼ਾਇਦ ਉਹ ਆਵੇ ਸਪਟੈਂਬਰ ਸ਼ਾਇਦ ਆ ਗਏ ਅਕਤੂਬਰ 'ਚ। ਅਤੇ ਇਹ ਸਾਰੀਆਂ ਗੱਲਾਂ ਦੇ ਵਿੱਚ ਆ ਜਾ ਕੇ ਜਿਹੜੀ ਮੈਨ ਮੇਡ ਮੈਂ ਕਹੂੰਗਾ ਇਸ ਮੈਨ ਮੇਡ ਲੋਕਾਂ ਦੀ ਬਣਾਈ ਹੋਈ ਜਿਹੜਾ ਇਹ ਇੱਥੇ ਸ਼ਰਾਬ ਇਹਨਾਂ ਨੇ ਬਿਲਕੁਲ ਤਬਾਹੀ ਕਰ ਦਿੱਤੀ ਇਸ ਇਲਾਕੇ 'ਚ, ਉਹਦੇ ਉੱਪਰ ਕਰੋਨਾ ਦੇ ਉੱਪਰ ਇਹ ਆ ਗਈ। ਪਰ ਅਸੀਂ ਦੋਨਾਂ ਦੇ ਵਿੱਚ ਚੰਗੀ ਤਰ੍ਹਾਂ ਇਸ ਨੂੰ ਵੀ ਸਾਂਭਾਂਗੇ ਔਰ ਕਰੋਨਾ 'ਚ ਸਾਂਭ ਰਹੇ ਹਾਂ। ਵਾਹਿਗੁਰੂ ਕਰੇ ਪੰਜਾਬ ਅੱਜ ਸਾਰੇ ਸੂਬਿਆਂ ਨਾਲੋਂ ਅੱਗੇ ਹੈ ਇਸ ਕੰਮ 'ਚ, ਪਰ ਅੱਗੇ ਹੀ ਅਸੀਂ ਰੱਖਣਾ ਚਾਹੁੰਦੇ ਹਾਂ ਤਾਂ ਸਖ਼ਤੀ ਸਾਨੂੰ ਕਰਨੀ ਪੈਂਦੀ ਹੈ, ਕਦੇ ਕਦੇ ਮਾਸਕ ਰਖਾਉਣੇ ਪੈਂਦੇ ਨੇ, ਹੋਰ ਚੀਜ਼ਾਂ ਕਰਨੀਆਂ ਪੈਂਦੀਆਂ ਨੇ। ਲੇਕਿਨ ਅੱਜ ਮੈਂ ਉਸ ਕੰਮ ਵਾਸਤੇ ਨਹੀਂ ਆਇਆ, ਮੈਂ ਆਇਆ ਇਹਨਾਂ ਪਰਿਵਾਰਾਂ ਨੂੰ ਮਿਲਣ ਲਈ ਜਿਹੜੇ ਵਿਚਾਰਿਆਂ ਨਾਲ ਇੰਨਾ ਦੁੱਖ ਹੋਇਆ, ਇਹਨਾਂ ਦੇ ਜੀ ਗੁਜ਼ਰੇ ਨੇ, ਮਰੇ ਨੇ, ਮਾਰੇ ਗਏ ਨੇ, ਉਹਨਾਂ ਨੂੰ ਮਿਲਣ ਵਾਸਤੇ ਔਰ ਉਹਨਾਂ ਨੂੰ ਆਪਣੇ ਦੇਣ ਵਾਸਤੇ ਔਰ ਆਪਣੇ ਵੱਲੋਂ ਸਾਰੀ ਸਰਕਾਰ ਵੱਲੋਂ ਜੋ ਵੀ ਮਦਦ ਅਸੀਂ ਕਰ ਸਕਦੇ ਹਾਂ ਉਹਨਾਂ ਵਾਸਤੇ ਅਸੀਂ ਹਰ ਵੇਲੇ ਹਾਜ਼ਰ। ਅੱਜ ਲਈ ਬਸ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ ਕੁਛ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਉਦੋਂ ਤੱਕ ਜੁੜੇ ਰਹੋ ਪੰਜਾਬ ਹਰਿਆਣਾ ਲਾਈਵ ਦੇ ਨਾਲ। ਧੰਨਵਾਦ।